ਕੁਝ ਵਿਦਿਆਰਥੀ ਪੁੱਛ ਰਹੇ ਨੇ ਕਿ ਉਹ ਸੈਕਿੰਡ ਸੈਮ ਵਿੱਚ ਕੀ ਆਪਣਾ ਮਾਧਿਅਮ ਚੇਂਜ ਕਰ ਸਕਦੇ ਨੇ, ਜਾਂ ਇੱਕ ਵਿਦਿਆਰਥੀ ਨੇ ਪੁੱਛਿਆ ਹੈ ਕਿ ਮੈਥ ਦਾ ਪੇਪਰ ਪਹਿਲਾਂ ਉਹਨੇ ਇੰਗਲਿਸ਼ ਵਿੱਚ ਦਿੱਤਾ ਸੀ, ਐਂਡ ਸੈਕਿੰਡ ਸੈਮ ਵਿੱਚ ਕੀ ਉਹ ਪੰਜਾਬੀ ਵਿੱਚ ਦੇ ਸਕਦਾ ਹੈ। ਦੇਖੋ, ਤੁਹਾਡਾ ਪਰਪਸ ਕੀ ਹੈ, ਤੁਸੀਂ ਅੱਗੇ ਕੀ ਕਰਨਾ ਹੈ, ਇਸ ਨਾਲ ਇਸਦਾ ਆਨਸਰ ਜੁੜਿਆ ਹੋਇਆ ਹੈ। ਫੋਰ ਐਗਜ਼ਾਮਪਲ, ਜਿਹੜੇ ਵਿਦਿਆਰਥੀ ਹਰ ਹਾਲਤ ਵਿੱਚ ਬਾਹਰ ਜਾਣਾ ਚਾਹੁੰਦੇ ਨੇ, ਉਹਨਾਂ ਨੂੰ ਨੋਰਮਲੀ ਆਪਣਾ ਮਾਧਿਅਮ ਜਿਹੜਾ ਹੈ ਇੰਗਲਿਸ਼ ਸ਼ੋਅ ਕਰਨਾ ਪੈਂਦਾ ਹੈ। ਉਹਦੇ ਲਈ ਸਰਟੀਫਿਕੇਟ ਲੈਣਾ ਪੈਂਦਾ ਹੈ ਕਾਲਜ ਜਾਂ ਯੂਨੀਵਰਸਿਟੀ ਤੋਂ। ਯੂਨੀਵਰਸਿਟੀ ਉਹ ਸਰਟੀਫਿਕੇਟ ਦਿੰਦੀ ਹੈ ਜਦੋਂ ਜੋ ਤੁਸੀਂ ਐਗਜ਼ਾਮੀਨੇਸ਼ਨ ਫੋਰਮ ਵਿੱਚ ਫਿਲ ਕੀਤਾ ਹੁੰਦਾ ਹੈ। ਪਰ ਬਹੁਤ ਜ਼ਿਆਦਾ ਜ਼ਰੂਰੀ ਗੱਲ ਇਹ ਹੈ ਕਿ ਕਈ ਵਾਰ ਕੋਈ ਡਿਸਕ੍ਰੀਪੈਂਸੀ ਆ ਜਾਂਦੀ ਹੈ, ਅਤੇ ਫਿਰ ਯੂਨੀਵਰਸਿਟੀ ਵੈਰੀਫਾਈ ਕਰਦੀ ਹੈ ਕਿ ਕੀ ਤੁਸੀਂ ਉਹ ਇੰਗਲਿਸ਼ ਵਿੱਚ ਪੇਪਰ ਦਿੱਤਾ ਵੀ ਸੀ। ਤੁਹਾਡਾ ਪੇਪਰ ਵੀ ਦੇਖਿਆ ਜਾਂਦਾ ਹੈ, ਮਾਧਿਅਮ ਉਸਦਾ ਇੰਗਲਿਸ਼ ਵਿੱਚ ਦਿੱਤਾ ਗਿਆ ਸੀ। ਜੇ ਉਹ ਇੰਗਲਿਸ਼ ਵਿੱਚ ਦਿੱਤਾ ਗਿਆ ਸੀ, ਇੰਗਲਿਸ਼ ਹੀ ਤੁਸੀਂ ਫਿਲ ਕੀਤਾ ਸੀ, ਫਿਰ ਤੁਹਾਨੂੰ ਸਰਟੀਫਾਈਡ ਕੀਤਾ ਜਾਂਦਾ ਹੈ ਕਿ ਇੰਗਲਿਸ਼ ਮਾਧਿਅਮ ਵਿੱਚ ਇਸਨੇ ਬੀਐਡ ਪਾਸ ਕੀਤੀ ਹੋਈ ਹੈ। ਦੂਸਰਾ ਹੈ ਕਿ ਤੁਹਾਡਾ ਅਜਿਹਾ ਕੋਈ, ਹਾਂ ਇੱਕ ਗੱਲ ਯਾਦ ਰੱਖਣੀ ਕਿ ਇੰਗਲਿਸ਼ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਕੁਝ ਕੇਸ ਬਾਹਰ ਵਾਲੇ ਕੈਨੇਡਾ ਵਗੈਰਾ ਦੇ ਅਜਿਹੇ ਵੀ ਆਏ ਹਨ ਜਿਨ੍ਹਾਂ ਨੇ ਉੱਧਰ ਪੰਜਾਬੀ ਅਧਿਆਪਕ ਵਜੋਂ ਕੰਮ ਕਰਨਾ ਸੀ, ਅਤੇ ਉਹਨਾਂ ਨੂੰ ਇੱਥੇ ਮਾਧਿਅਮ ਪੰਜਾਬੀ ਵਿੱਚ ਪੜ੍ਹਾਏ ਹੋਏ ਦਾ ਸਰਟੀਫਿਕੇਟ ਲੈਣਾ ਸੀ। ਸੋ ਉੱਥੇ ਪਰਪਸ ਬਦਲ ਜਾਏਗਾ, ਉੱਥੇ ਇੰਗਲਿਸ਼ ਵਾਲੇ ਨੂੰ ਨੁਕਸਾਨ ਹੋਏਗਾ, ਜਾਂ ਉਹਨੂੰ ਤਰਜੀਹ ਨਹੀਂ ਮਿਲੇਗੀ ਉੱਧਰ ਜੋਬ ਵਿੱਚ। ਅਜਿਹਾ ਹੈ, ਤੁਹਾਨੂੰ ਤੁਹਾਡੇ ਏਜੰਟ ਵੀ ਗਾਈਡ ਕਰ ਸਕਦੇ ਨੇ। ਸੋ ਤੁਹਾਡਾ ਪਰਪਸ ਕੀ ਹੈ। ਤੀਸਰਾ, ਜਿਹੜੀ ਕੈਟੇਗਰੀ ਬਾਹਰ ਜਾਣਾ ਹੀ ਨਹੀਂ ਚਾਹੁੰਦੀ ਅਤੇ ਇੱਥੇ ਰਹਿਣਾ ਚਾਹੁੰਦੇ ਨੇ, ਉਹਨਾਂ ਲਈ ਕੋਈ ਫਰਕ ਨਹੀਂ ਪੈਂਦਾ। ਜੇ ਤੁਹਾਡੀ ਟੈਨਸ਼ਨ ਘਟਦੀ ਹੈ, ਜਾਂ ਤੁਹਾਨੂੰ ਮਟੀਰੀਅਲ ਪੰਜਾਬੀ ਵਿੱਚ ਪੁਸਤਕ ਵਿੱਚੋਂ ਮਿਲਦਾ ਹੈ, ਨੈੱਟ ਤੋਂ ਮਿਲਦਾ ਹੈ, ਇੰਗਲਿਸ਼ ਤੋਂ ਮਿਲਦਾ ਹੈ, ਜਿਹੜਾ ਵੀ ਤੁਹਾਡਾ ਮਾਧਿਅਮ ਹੈ, ਤੁਹਾਡੀ ਪ੍ਰੋਬਲਮ ਸਟ੍ਰੈਸ ਵਾਲੀ ਸੋਲਵ ਹੋ ਰਹੀ ਹੈ, ਤੁਹਾਨੂੰ ਮਟੀਰੀਅਲ ਈਜ਼ੀ ਅਬਜ਼ੋਰਬ ਹੁੰਦਾ ਹੈ, ਐਗਜ਼ਾਮ 'ਚ ਤੁਸੀਂ ਲਿਖ ਪਾਉਂਦੇ ਹੋ, ਇਹ ਜ਼ਿਆਦਾ ਵਧੀਆ ਹੈ ਨਾ। ਅਤੇ ਤੁਸੀਂ ਪਹਿਲੇ ਐਗਜ਼ਾਮ ਵਿੱਚ, ਪਹਿਲੇ ਸੈਮ ਵਿੱਚ ਕੋਈ ਹੋਰ ਮਾਧਿਅਮ ਰੱਖਿਆ ਸੀ, ਦੂਜੇ ਵਿੱਚ ਬਦਲ ਲਿਆ ਹੈ, ਤਾਂ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਪੇਪਰ ਚੈੱਕਰ ਜਦੋਂ ਪੇਪਰ ਚੈੱਕ ਕਰਦੇ ਨੇ ਤਾਂ ਤੁਹਾਡਾ ਮਾਧਿਅਮ ਚੈੱਕ ਕਰਨ ਕੋਈ ਨਹੀਂ ਜਾਂਦਾ। ਕਿਸੇ ਨੂੰ ਇਹਦੀ ਬਿਫਤਾ ਨਹੀਂ ਪਈ ਹੋਈ ਕਿ ਜਾ ਕੇ ਤੁਹਾਡਾ ਮਾਧਿਅਮ ਚੈੱਕ ਕਰੇ। ਅਜਿਹੀ ਸੂਰਤ ਵਿੱਚ ਤੁਸੀਂ ਮਾਧਿਅਮ ਇੱਕ ਪੇਪਰ ਦਾ ਬਦਲ ਲੈਂਦੇ ਹੋ ਤਾਂ ਬਦਲ ਵੀ ਸਕਦੇ ਹੋ। ਦੂਸਰੀ ਗੱਲ ਹੈ, ਬਾਇਲੈਂਗੁਅਲ ਪੇਪਰ ਦੇ ਸਕਦੇ ਹੋ। ਕਈ ਵਾਰੀ ਹੁੰਦਾ ਹੈ ਕਿ ਮੈਂ ਇੰਗਲਿਸ਼ ਮਾਧਿਅਮ 'ਚ ਦਿੱਤਾ ਸੀ, ਅਤੇ ਨੋਰਮਲੀ ਪੁਆਇੰਟ ਜਿਹੜੇ ਆ ਇੰਗਲਿਸ਼ 'ਚ ਰੱਖ ਲਏ ਜਾਂਦੇ ਹੈ, ਔਰ ਜਿਹੜੀ ਐਕਸਪਲੇਨੇਸ਼ਨ ਪੰਜਾਬੀ ਜਾਂ ਹਿੰਦੀ 'ਚ ਦੇ ਦਿੱਤੀ ਜਾਂਦੀ ਹੈ, ਇਸ ਤਰ੍ਹਾਂ ਵੀ ਚੱਲਦਾ ਹੈ, ਔਰ ਕੋਟੇਸ਼ਨ ਜਿਹੜੀ ਇੰਗਲਿਸ਼ 'ਚ ਦੇ ਦਿੱਤੀ ਜਾਂਦੀ ਹੈ, ਇਸ ਤਰ੍ਹਾਂ ਵੀ ਹੋ ਸਕਦਾ ਹੈ। ਸੋ ਤੁਹਾਡਾ ਪਰਪਸ ਕੀ ਹੈ, ਉਸ 'ਤੇ ਡਿਪੈਂਡ ਕਰਦਾ ਹੈ ਕਿ ਮਾਧਿਅਮ ਤੁਸੀਂ ਦੂਜੇ ਤਰ੍ਹਾਂ ਦੇ ਸਕਦੇ ਹੋ ਜਾਂ ਨਹੀਂ ਦੇ ਸਕਦੇ ਹੋ। ਸੋ ਟੈਨਸ਼ਨ ਘਟਾਉਣ ਲਈ, ਜੇ ਮੈਨੇਜਮੈਂਟ ਹੁੰਦੀ ਹੈ ਟੀਚਿੰਗ ਲਰਨਿੰਗ ਦੀ, ਐਗਜ਼ਾਮੀਨੇਸ਼ਨ ਦੀ, ਪ੍ਰੈਪਰੇਸ਼ਨ ਦੀ, ਮਾਰਕਸ ਜ਼ਿਆਦਾ ਲੈਣ ਦੀ, ਫਿਰ ਤੁਸੀਂ ਆਪਣਾ ਮਾਧਿਅਮ ਬਦਲ ਸਕਦੇ ਹੋ ਨੋਰਮਲੀ ਅਤੇ ਫਾਰਮਲੀ, ਹੈ ਨਾ। ਤੁਸੀਂ ਜੇ ਤੁਹਾਨੂੰ ਕਿਤੇ ਜ਼ਰੂਰਤ ਸਰਟੀਫਿਕੇਟ ਦੀ ਪੈਂਦੀ ਆ, ਹਾਂ, ਅਤੇ ਉਹ ਵੈਰੀਫਾਈ ਕੀਤਾ ਜਾਏਗਾ, ਫਿਰ ਇਹ ਪ੍ਰੋਬਲਮ ਦਾ ਕਾਰਨ ਹੋ ਸਕਦਾ ਹੈ। ਥੈਂਕ ਯੂ ਡਾਕਟਰ ਤੀਰਥ ਸਿੰਘ, ਲਾਟ ਟੂ ਐਕਚੁਲਾਈਜ਼। ਕੋਈ ਹੋਰ ਸਵਾਲ ਹੋਵੇ ਪੁੱਛ ਸਕਦੇ ਹੋ ਨੀਚੇ ਕਮੈਂਟ ਕਰਕੇ।